मार्केट कुछ समान लैन ठीक है, ते तुसी ना दोनों कार्टून देखते रहे हो, ते जो कुछ खान नू जी करेगा ना ते उपर चल जाई, मामा ते मामी बैठे होंगे उन्हां नू कह दी। ठीक है नानी जी, तुसी जाओ आराम ना। कार्टून दे चक्कर च दोनों भूखे ना बैठे रहे हो, कुछ खा पी लियो। चल अच्छा मैं चलती हां। हुण चंगा भला अंदर सुत्ता पिया सीगा, उठा के बाहर बिठाता कि मैं चादर झाड़नी, झाड़ू मारना, बाहर आके कपड़िया नू लग गई है। वो पहला वो कर ला यार, सवेर दी वेली ठगी कर दी, पता नहीं की पई है। की मतलब थोड़ा कि वेली ठगी? तुहानू मैं वेली ठगी दिखदी हां? आ तुहानू दिखदा नहीं, सवेर दी लगी हुई कम दे नाल कम, वो भी आ कंडीशन दे विच। ते वेली ठगी हुई है, आ झाड़ू मारे नू मैनूं लगदा महीना ही हो गया। किड्डा किड्डा खलेरा पिया देख, गोडे गोडे गंद पे हो कमरे दे अंदर। ਉਹ ਕੁਰਸੀ ਦੇ ਉੱਤੇ ਉਹੀ ਪਤਾ ਨਹੀਂ ਕਿਹੜੇ ਕੱਪੜੇ ਇਕੱਠੇ ਕੀਤੇ ਪਏ ਨੇ। ਉਹ ਕੱਲ ਪ੍ਰੈਸ ਕੀਤੀ, ਅੱਜ ਪ੍ਰੈਸ ਬਾਹਰ ਹੀ ਰੁਲੀ ਜਾਂਦੀ, ਉਹਨੂੰ ਟਿਕਾਣੇ ਤੇ ਨਹੀਂ ਰੱਖਿਆ ਹੋਇਆ। ਉਧਰ ਬੂਟ ਖਿਲਰੇ ਪਏ ਨੇ, ਇਧਰ ਆ ਗੰਦੇ ਕੱਪੜੇ ਖਿਲਰੇ ਪਏ ਨੇ, ਚਾਦਰ ਨਹੀਂ ਝਾੜੀ। ਕਰਦੀ ਕੀ ਪਈ ਹੈ? ਬਸ ਕੱਪੜੇ ਹੀ, ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਤੂੰ ਕੱਪੜੇ ਧੋਤੇ, ਹੋਰ ਹੈ ਨਹੀਂ ਤੇਰੇ ਕੋਈ ਹੱਥ, ਹਿਲਦੇ ਨਹੀਂ ਹੋਰ ਕੰਮ ਨੂੰ। ਸਹੀ ਹੈ ਤੁਹਾਡਾ ਵੀ, ਬੰਦਾ ਘਰ ਬੈਠਾ, ਛੁੱਟੀਆਂ ਹੈਗੀਆਂ ਚੰਗੀਆਂ ਭਲੀਆਂ, ਬੰਦਾ ਘਰ ਦੇ ਕੰਮ ਨੂੰ ਨਾਲ ਹੱਥ ਹੀ ਵਟਾ ਦਿੰਦਾ, ਬਸ ਗੱਲਾਂ ਮਾਰਨ ਜੋਗੇ ਹੀ ਹੋ ਤੁਸੀਂ। ਉਹ ਕਰੀ ਜਾ ਯਾਰ ਬਕਵਾਸ, ਮੇਰੇ ਕੋ ਤੇਰੀ ਫਾਲਤੂ ਬਕਵਾਸ ਦਾ ਟਾਈਮ ਨਹੀਂ ਹੈਗਾ, ਮੈਂ ਲੱਗਾ ਸੌਣ ਦੁਬਾਰਾ। ਯਾਰ ਤੁਹਾਡੀ ਵੀ ਹੱਦ ਹੈ ਨਾ, ਵੈਸੇ ਰਾਤ ਨੂੰ ਤੁਸੀਂ ਟਾਈ ਟਾਈ 3-3 ਵਜੇ ਤੱਕ ਜਾਗਦੇ ਰਹਿੰਦੇ ਹੋ, ਫਿਰ ਸਵੇਰੇ 12 ਵਜੇ ਤੱਕ ਉੱਠਦੇ ਨਹੀਂ, ਰੋਟੀ ਖਾ ਕੇ ਤੁਸੀਂ ਫੇਰ ਸੋ ਜਾਂਦੇ ਹੋ, ਘਰੇ ਹੋ ਨਾਲ ਹੱਥ ਵਟਾ ਲਓ ਜਾਂ ਗੁੱਸੇ ਨਾਲ ਜਾਂ ਖਾਣ ਨਾਲ। ਬਸ ਯਾਰ ਬਿੱਲੂ ਜੀ ਠੰਡ ਇੰਨੀ ਹੈ, ਹੁਣ ਇੰਨੀ ਠੰਡ ਦੇ ਵਿੱਚ ਠੰਡੇ ਪਾਣੀ ਨਾਲ ਸਾਰੇ ਕੱਪੜੇ ਧੋਤੇ, ਮੈਨੂੰ ਪਤਾ ਮੇਰਾ ਕੀ ਹਾਲ ਆ। ਆ ਕਮਰੇ ਦਾ ਮਾੜਾ ਮੋਟਾ ਖਲਾਰਾ ਜਿੰਨਾ ਤੁਸੀਂ ਚੱਕ ਦੋਗੇ ਘਰੇ ਵਿਹਲੇ ਹੋ ਤੇ ਕੀ ਹੋ ਜਾਊਗਾ, ਬਸ ਬੋਲਣ ਤੇ ਜ਼ੋਰ ਦਿੱਤਾ ਹੁੰਦਾ ਉਲਟਾ ਮੇਰੇ ਤੇ। ਯਾਰ ਮੇਰਾ ਨਾ ਦਿਮਾਗ ਨਹੀਂ ਖਰਾਬ, ਜੋ ਮੈਂ ਦੇਖ ਰਿਹਾ ਮੈਂ ਉਹੀ ਬੋਲ ਰਿਹਾ, ਸਮਝ ਗਈ? ਜੇ ਖਲਾਰਾ ਪਿਆ ਤੇ ਪਿਆ, ਤੇਰੀ ਵਜ੍ਹਾ ਨਾਲ ਪਿਆ ਤੇ ਉਹਨੂੰ ਚੱਕ, ਫਾਲਤੂ ਮੇਰੇ ਨਾਲ ਜਵਾਨ ਨਾ ਲੜਾ। ਆ ਦੇਖ ਰਹੇ ਹੋ ਨਾ ਮੇਰਾ ਹਾਲ, ਦਵਾਈ ਮੈਂ ਤਾਂ ਹੀ ਨਹੀਂ ਖਾ ਰਹੀ, ਜੇ ਦਵਾਈ ਖਾਣੀ ਹੈ ਤਾਂ ਮੈਨੂੰ ਨੀਂਦ ਆਉਂਦੀ ਹੈ, ਰੈਸਟ ਤਾਂ ਬਿਲਕੁਲ ਟਾਈਮ ਨਹੀਂ ਮਿਲਦਾ ਪਿਆ, ਜੇ ਸੁੱਤੀ ਹੁੰਨੀ ਹੈ ਦਵਾਈ ਖਾ ਕੇ ਫਿਰ ਤੁਹਾਨੂੰ ਬਰਦਾਸ਼ਤ ਨਹੀਂ ਹੁੰਦੀ। ਤੁਸੀਂ ਤਾਂ ਨਾ ਮੰਮੀ ਨੂੰ ਵੀ ਪਿੱਛੇ ਛੱਡਿਆ ਹੋਇਆ ਬਿੱਲੂ ਜੀ, ਤੁਹਾਨੂੰ ਮੈਂ ਕਿਹਾ ਵੀ ਸੀ 4-5 ਮਹੀਨੇ ਦੀ ਗੱਲ ਆ, ਕੋਈ ਕੰਮ ਵਾਲੀ ਰੱਖ ਲਓ, ਪਰ ਨਹੀਂ ਆਪਣੇ ਕੋਲ ਤਾਂ ਪਾਲਟੀਆਂ ਤੇ ਫੁੱਕਣ ਜੋਗੇ ਪੈਸੇ ਹੈਗੇ ਨੇ, ਘਰ ਸਵਾਰਨ ਵਾਸਤੇ ਥੋੜੀ। ਆਪਦੇ ਪਿਓ ਨੂੰ ਕਹਿ ਦੇ ਅਕਾਊਂਟ 'ਚ ਪਾ ਦੂਗਾ ਤੇਰੇ ਪੈਸੇ, ਫਿਰ ਰੱਖ ਲੈ ਕੰਮ ਵਾਲੀ, ਮੈਨੂੰ ਕੀ ਹੈ। ਆਹੋ ਕੰਮ ਤਾਂ ਮੈਂ ਉਹਨਾਂ ਦੇ ਘਰ ਦਾ ਕਰਨ ਜਾਂਦੀ ਹਾਂ ਜਿਹੜਾ ਪੈਸੇ ਲਵਾਂ ਉਹਨਾਂ ਤੋਂ। ਬਬਲੀ ਤੇਰੀ ਨਾ ਅੱਜ ਬਕਵਾਸ ਬਹੁਤ ਹੋ ਰਹੀ ਹੈ, ਐਵੇਂ ਤੇਰੇ ਮੈਂ ਕੰਨ ਤੇ ਸਿੱਟ ਦੇਣੀ ਆ, ਤੇ ਮੇਰੇ ਨਾਲ ਫਾਲਤੂ ਬਕਵਾਸ ਨਾ ਕਰ, ਚੁੱਪ ਕਰਕੇ ਘਰ ਦਾ ਕੰਮ ਕਰਨਾ ਕਰ, ਨਹੀਂ ਕਰਨਾ ਨਾ ਕਰ, ਪਰ ਮੇਰੇ ਨਾਲ ਜ਼ਿਆਦਾ ਜਵਾਨ ਆ। ਹਾਏ ਮਾਮੂ ਤਾਂ ਮਾਮੇ ਨੂੰ ਮਾਰਨ ਨੂੰ ਪੈਂਦੇ ਆ, ਮੈਂ ਨੀਚੇ ਚੱਲ ਗਈ, ਮੈਂ ਨਾਨੀ ਆਉਂਗੀ ਨਾ ਫਿਰ ਕੁਝ ਖਾ ਲਾਂਗੀ। ਚੱਕ ਲੋ, ਰੁਕ ਗਿਓ ਗਏ, ਆਹੀ ਕਸਰ ਰਹਿ ਗਈ ਸੀ, ਹੁਣ ਆਹ ਹਾਲਾਤ ਜੇ ਮੈਂ ਥੱਪੜ ਵੀ ਖਾਉਂਗੀ। ਹੱਥ ਤੇ ਤੁਸੀਂ ਕੀ ਬਟਾਣਾ ਹੈ ਮੇਰੇ ਨਾਲ, ਹੱਥ ਚੱਕਰ ਨੂੰ ਮਿੰਡ ਚ ਪੈਨੇ ਹੋ। ਲੈ ਫਿਰ ਤੇਰੀ ਆ ਵੀ ਤਮੰਨਾ ਪੂਰੀ ਕਰ ਦਿੰਦਾ। ਆ ਸਾਰੇ ਬਣਾ ਤੇਰੀ ਤੇਰੀ ਜਵਾਨ ਕਰਕੇ ਤੈਨੂੰ ਪਈ ਹੈ, ਤੂੰ ਬਕਵਾਸ ਕਰਨ ਲੱਗੀ ਜੇ ਮੇਰੇ ਘਰੇ ਰਹਿਣੇ ਦੁੱਬਰ ਕੀਤਾ ਪਿਆ। ਨਾਨੀ ਮੈਨੂੰ ਭੁੱਖ ਤਾਂ ਬੜੀ ਲੱਗੀ ਸੀ, ਪਰ ਮੈਂ ਗਈ ਸੀ ਕਹਿਣ, ਮਾਮਾ ਮਾਮੀ ਆਪਸ ਚ ਲੜ ਰਹੇ ਸੀ, ਮੈਂ ਚੁੱਪ ਕਰਕੇ ਨੀਚੇ ਆ ਗਈ ਸੀ। ਮਾਮਾ ਨਾ ਮਾਮੀ ਨੂੰ ਨਾ ਉੱਚੇ ਉੱਚੇ ਬੋਲ ਰਹੇ ਸੀ, ਫਿਰ ਕੁੱਟਣ ਲੱਗ ਗਏ, ਮੈਂ ਭੱਜ ਆਈ ਡਰ ਕੇ। ਹੈ ਤਮੰਨਾ ਸੱਚੀ ਕਹਿ ਰਹੀ ਹੈ? ਜੇ ਆਪਣੀ ਮਾਮੀ ਨੂੰ ਨਾ ਬੁਲਾ ਕੇ ਲਿਆ, ਮੈਂ ਪੁੱਛਾਂ ਜਰਾ ਕੀ ਗੱਲ ਹੋਈ ਸੀ। ਠੀਕ ਹੈ ਨਾਨੀ ਜੀ, ਮੈਂ ਬੁਲਾ ਕੇ ਲਿਆਉਂਦੀ ਹਾਂ। ਆਪਾਂ 'ਚ ਕਦੇ ਬੋਲੇ ਤੇ ਹੈ ਨਹੀਂ, ਪਤਾ ਨਹੀਂ ਕੀ ਗੱਲ ਹੋ ਗਈ, ਕਿਉਂ ਬੋਲੇ। ਬਬਲੀ
की गल होया उन्हें तेरे उत्ते हाथ चक्या बिल्लू ने? नहीं नहीं मम्मी कुछ नहीं होया। देख पुत मेरे को गल कोई लुका ना, तो मन्ना ने ना सब कुछ देख भी लिया है ते मेनू दस भी दिता है। मम्मी गल गल ते बहुत फालतू बोलते ने, कदे मां की गल ते कदे भैन की गल, ते हाथ चकन लग्या ता टाइम ही नहीं लांदे। काम तो मम्मी इस कंडीशन च मेरे तो जिन्ना हुंदा मैं कर देनी हां, मैं कदे भी पिछे नहीं हटी काम करन तो, पर एह दिन पर दिन वधी जांदे पए ने। तेनू की लोड़ पै गई कुट सहन की, तू मैनू दस्या क्यों नहीं? मम्मी दो तीन बार कोशिश की थी तुहानू दसण दी, पर ये बहुत ज्यादा गंदा बोलते थे, जिहड़े हिसाब नाल मारदे आ मैं डरदी सीगी, बस हुण चुप करके बर्दाश्त करी जांदी सी इस बच्चे करके। आपां इक्को ही घर च रहने आ ते तू मैनू माड़ा मोटा इशारा कर देंदी ते मैनू पुछ लैंदी आराम नाल। मम्मी मैं ओह घर ही नहीं देखिया अज तक जिस घर दे विच सस नूह नूं सपोर्ट करदी होवे ते अपने मुंडे दे खिलाफ जावे। मैनू पता नहीं सी धीए कि मेरा पुत एहो जिहा निकलेगा, पर मैनू माफ करी आ जाण दे जरा मैं इहनू पुछदी आ। बैठ कोई नहीं गेट खोल ले, बैठ इत्थे अज मामू नूं बाहर ही रह लैंदे, जिहो जिहे दीआं हरकतां ने ना इहनू बाहर ही अज मारन दे ठंड च, इहनू अज अंदर ही नहीं वाड़ना। ਇਹਦਾ ਗੇਟ ਹੀ ਨਹੀਂ ਖੋਲਦੇ ਪਏ ਅੱਜ। ਮੰਮੀ ਬਬਲੀ ਮੰਮੀ ਗੇਟ ਖੋਲਿਓ। ਉਹ ਦੋਨੇ ਜਿਹੀਆਂ ਲਾਈਨ ਬਣਾ ਕੇ ਆ ਗਏ ਹੋ, ਗੇਟ ਤਾਂ ਖੋਲ ਦੋ, ਕਿੰਨੀ ਦੇਰ ਦਾ ਖੜਕਾਈ ਜਾਂਦਾ ਵਾ, ਸੁਣਦਾ ਨੀ ਪਿਆ ਅੰਦਰ ਬੈਠੀਆਂ ਨੂੰ? ਦੇਖ ਵੀ ਲਿਆ ਤੇ ਸੁਣ ਵੀ ਲਿਆ ਸੀ, ਅਸੀਂ ਨੀ ਖੋਲਣਾ ਗੇਟ, ਭੱਜ ਜਾ ਇੱਥੋਂ ਤੂੰ। ਆਏ ਹਾਏ ਮੰਮੀ ਕੀ ਬੋਲੀ ਜਾਂਦੇ ਹੋ, ਕਿਉਂ ਨਹੀਂ ਖੋਲਣਾ ਗੇਟ, ਕੀ ਹੋ ਕੀ ਗਿਆ ਮੈਨੂੰ ਦੱਸਤਾ ਦਿਓ। ਮੰਮੀ ਤੁਸੀਂ ਇਹਨਾਂ ਨੂੰ ਅੰਦਰ ਹੀ ਬੁਲਾ ਲਓ, ਐਵੇਂ ਆਂਢ ਗੁਆਂਢ ਦੇਖੂਗਾ ਤੇ ਇਹਨਾਂ ਨੇ ਸੁਣੂਗਾ ਵੀ ਇਹਨਾਂ ਦੇ ਘਰ 'ਚ ਕੀ ਹੋ ਗਿਆ, ਜਿਹੜੀ ਗੱਲ ਕਰਨੀ ਹੈ ਅੰਦਰ ਬੁਲਾ ਕੇ ਕਰ ਲਓ ਪਲੀਜ਼। ਜਦੋਂ ਬਬਲੀ ਤੈਨੂੰ ਉਹ ਗੰਦੀਆਂ ਗੰਦੀਆਂ ਗਾਲਾਂ ਕੱਢਦਾ ਤੇ ਤੈਨੂੰ ਮਾਰਦਾ ਕੁੱਟਦਾ ਹੈ, ਉਦੋਂ ਮੱਲਾ ਤਮਾਸ਼ਾ ਨਹੀਂ ਦੇਖਦਾ, ਹੁਣ ਇਹਨਾਂ ਵੀ ਤਮਾਸ਼ਾ ਜਰਾ ਅੱਜ ਦੇਖ ਲੈਂਦੇ ਮੱਲੇ ਵਾਲਿਆਂ ਨੂੰ। ਮੰਮੀ ਬੁਲਾ ਲਓ ਇਹਨਾਂ ਨੂੰ ਅੰਦਰ, ਮੈਂ ਹੱਥ ਜੋੜਦੀ ਤੁਹਾਡੇ ਅੱਗੇ। ਆ ਦੇਖ ਲੈ ਕੁਛ ਸ਼ਰਮ ਕਰ ਲੈ, ਐਨੀ ਤੂੰ ਉਹਦੀ ਬੇਇੱਜ਼ਤੀ ਕਰਦਾ, ਐਨਾ ਤੂੰ ਉਹਨੂੰ ਵੱਧ ਘੱਟ ਬੋਲਦਾ, ਫੇਰ ਵੀ ਉਹ ਤੇਰੇ ਪਿੱਛੇ ਦੇਖ ਲੈ ਹੱਥ ਜੋੜਦੀ ਪਈ ਏ। ਬਬਲੀ ਖੋਲ ਗੇਟ, ਵਾੜ ਇਹਨੂੰ ਬਾਂਦਰ ਜੇ ਨੂੰ ਅੰਦਰ, ਤੇ ਅੰਦਰ ਆ ਨਾਲੇ ਮੇਰੇ ਕਮਰੇ 'ਚ ਤੇ ਬੈਠ, ਤੇਰੇ ਨਾਲ ਮੈਂ ਜਿਹੜਾ ਗੱਲ ਕਰਦੀ ਆ। ਮੰਮੀ ਨੂੰ ਮੈਂ ਕੁਛ ਨਹੀਂ ਦੱਸਿਆ, ਜੋ ਵੀ ਦੱਸਿਆ ਨਾ ਤਮੰਨਾ ਨਹੀਂ ਦੱਸਿਆ ਆ, ਮੈਂ ਹੱਥ ਬੰਨ੍ਹਦੀ ਹਾਂ, ਮੈਨੂੰ ਅੱਜ ਕੁਛ ਨਾ ਕਿਹੋ ਤੇ ਨਾ ਹੀ ਕੁੱਟਿਓ। ਮੈਨੂੰ ਦੱਸ ਮੈਂ ਤੈਨੂੰ ਆਹ ਸ਼ਿਕਸ਼ਾ ਦਿੱਤੀ ਸੀ ਕਿ ਬਗਾਨੀ ਧੀ ਨੂੰ ਲਿਆ ਕੇ ਤੇ ਤੂੰ ਉਹਦੇ ਕਦੇ ਥੱਪੜ ਮਾਰਦਾ, ਕਦੇ ਉਹਨੂੰ ਤੂੰ ਗਾਲਾਂ ਕੱਢਦਾ। ਤੇਰੇ ਪਿਓ ਨੇ ਨਾ ਇੱਕ ਵਾਰੀ ਮੇਰੇ ਤੇ ਹੱਥ ਚੱਕਿਆ ਸੀ ਤੇ ਮੈਂ 4 ਮਹੀਨੇ ਪੇਕੇ ਚਲੇ ਗਈ ਸੀ ਤੇ ਆਪ ਗਿਆ ਸੀ ਲੈਣ ਵਾਸਤੇ, ਉਹ ਦਿਨ ਜਾਂਦਾ ਤੇ ਇਹ ਦਿਨ ਜਾਂਦਾ, ਕਦੇ ਤੇਰੇ ਪਿਓ ਨੇ ਮੈਨੂੰ ਦੁਬਾਰਾ ਕੁਛ ਕਿਹਾ ਨੀ। ਮੈਂ ਤੇ 4 ਮਹੀਨੇ ਤਾਂ ਪੇਕੇ ਚਲੇ ਗਈ ਸੀ ਕਿਉਂਕਿ ਮੇਰੀ ਤੇ ਸੱਸ ਹੈ ਨੀ ਸੀ, ਤੇ ਤੂੰ ਬਬਲੀ ਨੂੰ ਐ ਨਾ ਸਮਝੀ ਕਿ ਉਹਦਾ ਕੋਈ ਸਪੋਰਟ ਕਰਨ ਵਾਲਾ ਹੈ ਨੀ, ਤੇ ਮੈਂ ਮਾਰ ਕੇ 4 ਚਪੇੜਾਂ ਨਾ ਤੇਰਾ ਕਰ ਦੂ ਮੂੰਹ ਲਾਲ। ਨਾ ਇੱਕ ਕੁੜੀ ਜਦੋਂ ਵਿਆਹ ਕੇ ਆਂਦੀ ਏ ਉਹ ਕੀ ਗਾਲਾਂ ਖਾਣ ਵਾਸਤੇ ਆਂਦੀ ਏ ਜਾਂ ਤੁਹਾਡੀ ਕੁੱਟ ਖਾਣ ਵਾਸਤੇ ਆਂਦੀ ਏ? ਬਬਲੀ ਜੇ ਇੱਦਾਂ ਇਹਨੇ ਤੇਰੇ ਤੇ ਪਹਿਲੀ ਵਾਰ ਹੱਥ ਚੁੱਕਿਆ ਨਾ, ਅਗਰ ਤੂੰ ਮੈਨੂੰ ਉਦੋਂ ਦੱਸ ਦਿੰਦੀ ਮੈਂ ਵੀ ਉਦੋਂ ਹੀ ਭੂਤੜੀ ਘੁਮਾ ਦਿੰਦੀ। ਜਦ ਆਪਣੀ ਧੀ ਭੈਣ ਤੇ ਜਵਾਈ ਹੱਥ ਚੱਕਦੇ ਨੇ ਤੇ ਤੁਸੀਂ ਜੀਜਿਆਂ ਦੇ ਸਿਰ ਪਾੜਾਂ ਤੇ ਉੱਤਰ ਆਉਂਦੇ ਹੋ, ਤੇ ਕਿ ਜੇ ਉਹਦੇ ਪੇਕੇ ਪਤਾ ਚੱਲੇ ਤੇ ਕੀ ਉਹ ਲੋਕ ਬਰਦਾਸ਼ਤ ਕਰ ਲੈਣਗੇ? ਉਦਾਂ ਤੂੰ ਕਹਿੰਦਾ ਵੀ ਮੰਮੀ ਮੈਂ ਇੰਨਾ ਸਿਆਣਾ ਹੋ ਗਿਆ, ਮੈਨੂੰ ਸਾਰਾ ਦੁਨੀਆਦਾਰੀ ਦਾ ਪਤਾ ਹੈ, ਤੇ ਜਦੋਂ ਤੂੰ ਉਹਨੂੰ ਗਾਲਾਂ ਕੱਢਦਾ ਹੈ ਜਾਂ ਹੱਥ ਚੱਕਦਾ ਹੈ ਉਦੋਂ ਤੇਰੀ ਅਕਲ ਗਿੱਟਿਆਂ 'ਚ ਵੜ ਜਾਂਦੀ ਹੈ। ਬਸ ਕਰ ਮੰਮੀ ਬਸ ਕਰ, ਮੈਨੂੰ ਸਮਝ ਆ ਗਈ, ਮੈਨੂੰ ਮਾਫ਼ ਕਰ ਦੇ, ਮੈਂ ਅੱਜ ਤੋਂ ਬਾਅਦ ਏਦਾਂ ਦਾ ਕੁਛ ਨਹੀਂ ਕਰਦਾ। ਮਾਫ਼ੀ ਮੇਰੇ ਕੋਲੋਂ ਨਹੀਂ, ਮਾਫ਼ੀ ਬਬਲੀ ਕੋਲੋਂ ਮੰਗ। ਬਬਲੀ ਮੈਨੂੰ ਮਾਫ਼ ਕਰ ਦੇ, ਮੈਂ ਅੱਜ ਤੋਂ ਬਾਅਦ ਤੇਰੇ ਤੇ ਨਾ ਕਦੇ ਹੱਥ ਚੱਕਾਂਗਾ ਨਾ ਤੈਨੂੰ ਮੰਦਾ ਬੋਲਾਂਗਾ। ਬਸ ਜੀ ਮਾਫ਼ੀ ਨਾ ਮੰਗੋ, ਬਸ ਆਪਣੀ ਫੈਮਿਲੀ ਦਾ ਧਿਆਨ ਕਰੋ ਤੇ ਬੱਚਿਆਂ ਦਾ ਧਿਆਨ ਕਰੋ, ਤੁਸੀਂ ਜੋ ਮੇਰੇ ਨਾਲ ਕਰਦੇ ਹੋ ਨਾ ਉਹ ਦੇਖਦੇ ਆ ਤੇ ਉਹਨਾਂ ਤੇ ਬੁਰਾ ਅਸਰ ਪੈਂਦਾ ਆ। ਕੋਈ ਨਹੀਂ ਬਬਲੀ, ਮੈਂ ਤੇਰੇ ਨਾਲ ਤੇ ਮੰਮੀ ਤੁਹਾਡੇ ਨਾਲ ਦੋਨਾਂ ਨਾਲ ਵਾਅਦਾ ਕਰਦਾ ਕਿ ਅੱਜ ਤੋਂ ਬਾਅਦ ਮੈਂ ਤੇਰੇ ਤੇ ਨਾ ਕਦੇ ਹੱਥ ਚੱਕਾਂਗਾ ਤੇ ਨਾ ਮੈਂ ਤੈਨੂੰ ਕਦੇ ਮਾੜਾ ਬੋਲਾਂਗਾ।
जिस घर च भी इदा दी सास होगी घर कदे भी ना टुटेगा ते ना ही बिखरेगा। मैं धन्यवाद करती हूँ इस सास का जिन्हें मेरा घर बिखरन तो बचा लिया।